ਲਿਖਦੇ ਹਾਂ ਡਾਕਟਰ ਅਮਰਜੀਤ ਸਿੰਘ ਜੀ ਅਰਜੰਟ 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 ਪਿਆਰੇ ਡਾਕਟਰ ਸਾਹਿਬ ਅਤੇ ਪੈਨਲ ਮੈਂਬਰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਹਿਲੀ ਵਾਰ ਲਿਖ ਰਿਹਾ ਹਾਂ ਮੈਂ ਆਪ ਜੀ ਨੂੰ ਸੱਚੋ ਸੱਚ ਲਗਾਤਾਰਤਾ ਨਾਲ ਸ਼ੁਰੂ ਤੋਂ ਸੁਣ ਰਿਹਾ ਬਹੁਤ ਵਾਰ ਆਪ ਜੀ ਨੂੰ ਲਿਖਣਾ ਚਾਇਆ ਪਰ ਤੁਸੀਂ ਮੇਰੀ ਗੱਲ ਦਾ ਜਵਾਬ ਪੁੱਛਣ ਤੋਂ ਪਹਿਲਾਂ ਹੀ ਆਪਣੇ ਪ੍ਰੋਗਰਾਮ ਵਿੱਚ ਦੇ ਦਿੱਤਾ ਜਿਸ ਦੀ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਤੁਸੀਂ ਸਾਡੇ ਮੂੰਹਾਂ ਵਿੱਚ ਬੋਲ ਪਾ ਦਿੱਤੇ ਹਨ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਮੈਂ ਫਿਲਮ ਨਾਨਕਸ਼ਾ ਫਕੀਰ ਦੇ ਬਾਰੇ ਵਿਚਾਰ ਸਾਂਝੇ ਕਰ ਰਿਹਾ ਹਾਂ ਸਿੱਖੋ ਹੁਣ ਵੇਖਿਓ ਗੁਰਨਾਣ ਸਾਹਿਬ ਜੀ ਕਿਵੇਂ ਦੀ ਐਕਟਿੰਗ ਕਰਦੇ ਆ ਜੇ ਵਧੀਆ ਨਾ ਹੋਈ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਐਕਟਿੰਗ ਦਲਜੀਤ ਗੁਰੂ ਕਰਵਾ ਲਿਓ ਤਨ ਗੁਰੂ ਕੇ ਸਿੱਖ ਫਿਲਮ ਦਾ ਨਾਮ ਨਾਨਕਸ਼ਾ ਫਕੀਰ ਫਿਲਮ ਚਾਰ ਸਾਹਿਬਜ਼ਾਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਥੋੜੀ ਜਿਹੀ ਹਿਰਜੁਲ ਵਿਖਾਈ ਸੀ ਪਰ ਹੁਣ ਇਸ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਰੋਲ ਇੱਕ ਬੰਦਾ ਨਿਭਾ ਰਿਹਾ ਹੈ ਅਸੀਂ ਨਿੱਕੇ ਹੁੰਦੇ ਤੋਂ ਸੁਣਦੇ ਆ ਰਹੇ ਹਾਂ ਕਿ ਗੁਰੂ ਸਾਹਿਬ ਜੀ ਨੂੰ ਟੀਵੀ ਤੇ ਨਹੀਂ ਵਿਖਾਇਆ ਜਾ ਸਕਦਾ ਪਰ ਹੁਣ ਇਹ ਗੱਲ ਚੱਕਨਾ ਚੂਰ ਹੋ ਚੁੱਕੀ ਹੈ ਤੁਹਾਡੀ ਗੱਲ ਸਭ ਸੂਝਵਾਨ ਵੀਰ ਸੁਣਦੇ ਮੰਨਦੇ ਨੇ ਤੁਸੀਂ ਕੋਈ ਸਲਾਹ ਦਿਓ ਜੋ ਅਸੀਂ ਸਭ ਇਹ ਫਿਲਮ ਦੇਸ਼ਾਂ ਵਿਦੇਸ਼ਾਂ ਵਿੱਚ ਨਾ ਚੱਲਣ ਦੀਏ ਧੰਨਵਾਦ ਖਾਲਸਾ ਜਿੰਦਾਬਾਦ 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 ਜੀਰਸਾ ਜਿੰਦਾਬਾਦ 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 6 ਟਾਈਮਸ ਜੀ ਜੀ ਸਾਡੇ ਕੋਲ ਅਗਲਾ ਫੇਸਬੁਕ ਮੈਸੇਜ ਆਇਆ ਹੈ ਲੁਧਿਆਣਾ ਤੋਂ ਵੀਰ ਅਮਨਦੀਪ ਸਿੰਘ ਜੀ ਦਾ ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਭੈਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਆ ਰਹੀ ਫਿਲਮ ਨਾਨਕਸ਼ਾਹ ਫਕੀਰ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇਸ ਬਾਰੇ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਨੇ ਔਰ ਮੈਸੇजेस ਵੀ ਅਸੀਂ ਇਹੀ ਦੋ ਮੇਨ ਪਿਕ ਕੀਤੇ ਨੇ ਇੱਕ ਸ਼ਾਇਦ ਅੱਗੇ ਵੀ ਕਿਤੇ ਜ਼ਿਕਰ ਹੈ ਪਰ ਬਹੁਤ ਸਾਰਾ ਇਸ ਬਾਰੇ ਆ ਜਿਹੜੀ ਜਾਣਨ ਦੀ ਜਗਿਆਸਾ ਹੈ ਬਹੁਤਿਆਂ 'ਚ ਕਿਉਂਕਿ ਇਨੀਸ਼ੀਅਲੀ ਤਾਂ ਜਦੋਂ ਅਜਿਹੇ ਦਾ ਇਹਦੇ ਬਾਰੇ ਚਰਚਾ ਹੀ ਹੋਈ ਸੀ ਤਾਂ ਬਹੁਤਿਆਂ ਨੂੰ ਨਾਂ ਤੇ ਇਤਰਾਸ ਸੀ ਕਿ ਵੀ ਇਹ ਸ਼ਾਹ ਹੋ ਜਾਂ ਫਕੀਰ ਇਹਨਾਂ ਦਾ ਕੀ ਮਤਲਬ ਹੈ ਫਿਰ ਜਦੋਂ ਇਹਦਾ ਟ੍ਰੇਲਰ ਆਇਆ ਫਿਰ ਹੋਰ ਵੀ ਗੱਲ ਸਾਹਮਣੇ ਆਈ ਔਰ ਮੈਂ ਜਿੰਨਾ ਤੱਕ ਦੇਖਿਆ ਕਿਉਂਕਿ ਮੈਨੂੰ ਬਹੁਤਾ ਵੀਰਵੈ ਨਾਲ ਤਾਂ ਸ਼ਾਇਦ ਜਦੋਂ ਫਿਲਮ ਆਂਡ ਤੇ ਹੀ ਪਤਾ ਲੱਗੇਗਾ ਕੀ ਹੈ ਜੀ ਲੇਕਨ ਬਿਗਨਿੰਗ ਦੇ ਵਿੱਚ ਟ੍ਰੇਲਰ ਦੇ ਅਕਾਲ ਤਖਤ ਸਾਹਿਬ ਦੀ ਬlesਸਿੰਗ ਦੀ ਗੱਲ ਕੀਤੀ ਹੋਈ ਹੈ ਕਿ ਜੀ ਲਈ ਹੈ ਬlesਸਿੰਗ ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਦੇ ਪਿੱਛੇ ਵੀ ਅਲਟੀਮੇਟਲੀ ਕੋਈ ਇਸ ਕਿਸਮ ਦੀ ਕਹਾਣੀ ਨਿਕਲੇਗੀ ਕਿ ਜਿਵੇਂ ਫਿਲਮ ਬੋਲੇ ਸੋਨੇ ਹਾਲ ਦੇ ਵੇਲੇ ਜਿਸ ਦੀ ਪੇਟ ਅਲਟੀਮੇਟਲੀ ਸਾਡਾ ਭਾਈ ਜਗਤਾਰ ਸਿੰਘ ਹਵਾਰੇ ਵਰਗਾ ਯੋਧਾ ਵੀ ਚੜਿਆ ਕਿਉਂਕਿ ਦਿੱਲੀ ਦੇ ਵਿੱਚ ਕਾਰਵਾਈ ਹੋਈ ਕੁਝ ਸਿਰਮਿਆਂ ਦੇ ਵਿੱਚ ਔਰ ਉਸ ਦੀ ਇਨਵੈਸਟੀਗੇਸ਼ਨ ਲਈ ਜਿਹੜੀ ਟੀਮ ਹੈ ਉਹ ਪਟਿਆਲੇ ਰੇਡ ਕਰ ਰਹੀ ਸੀ ਜਦੋਂ ਕਿ ਭਾਈ ਹਵਾਰਾ ਵੀ ਉਹਨਾਂ ਦੇ ਕਾਬੂ ਆ ਗਏ ਆ ਲੇਕਿਨ ਉਸ ਪੀਰੀਅਡਸ ਵੀ ਇਹੀ ਹੋਇਆ ਸੀ ਕਿ ਵੀ ਜਿਹੜਾ ਉਹਨੂੰ ਬਣਾਉਣ ਵਾਲਾ ਸੀ ਉਹ ਅਗੋਂ ਪੌਂਟੀ ਛੱਡੇ ਦੇ ਰਿਸ਼ਤੇਦਾਰ ਔਰ ਚੀਫ ਖਾਲਸਾ ਦੀਵਾਨ ਨਾਲ ਸੰਬੰਧਤ ਔਰ ਫਿਰ ਚੀਚਾ ਸ਼ੋਮਣੀ ਕਮੇਟੀ ਦੇ ਬੰਦੇ ਜਾ ਕੇ ਉੱਥੇ ਬੰਬਈ ਦੇ ਵਧੀਆ ਹੋਟਲ ਚ ਉਹਨਾਂ ਨੂੰ ਠਹਿਰਾਇਆ ਔਰ ਨਾਲ ਲਫਾਫੇ ਵੀ ਅੱਜਕੱਲ ਤਾਂ ਹੈ ਹੀ ਲਫਾਫਾ ਕਲਚਰ ਹੈ ਉੱਥੇ ਮੀਡੀਆ ਜੇ ਤੁਸੀਂ ਖਬਰ ਲਵਾਉਣੀ ਹੈ ਤਾਂ ਲਫਾਫਾ ਕਲੀਅਰੈਂਸ ਲੈਣੀ ਹੈ ਤਾਂ ਲਫਾਫਾ ਔਰ ਪਿੱਛੇ ਸੈਂਸਰ ਬੋਰਡਸ ਕਿਵੇਂ ਕਲੀਅਰੈਂਸਸ ਹੁੰਦੀਆਂ ਨੇ ਇਸ ਦੀ ਗੱਲ ਵੀ ਸਾਹਮਣੇ ਆਈ ਸੀ ਜੀ ਸੋ ਇਹਦੇ باوجود ਕਿ ਉਸ ਦੇ ਵਿੱਚ ਕਾਫੀ ਕੁਸ਼ ਇਤਰਾਜ਼ ਯੋਗ ਸੀ ਲੇਕਨ ਕਲੀਅਰੈਂਸ ਹੋ ਗਈ ਅਕਾਲ ਤਖਤ ਸਾਹਿਬ ਨੇ ਵੀ ਉਹ ਸ਼੍ਰੋਣੀ ਕਮੇਟੀ ਦਾ ਦੂਜੋ ਆਪਸ ਦੇ ਵਿੱਚ ਰਲੇ ਹੋਏ ਨੇ ਹੁਣ ਭਾਵੇਂ ਮਾੜਾ ਮੋਟਾ ਝਗੜਾ ਹੁੰਦਾ ਹੈ ਜੀ ਸਾਡੇ ਉਹ ਜਿਹੜੇ ਸਿਕਿਉਰਿਟੀ ਗਾਰਡ ਵਾਲੀ ਫਲਾਣੀ ਗੱਡੀ ਲੈ ਲਈ ਤੇ ਲੇਟੈਸਟ ਮਾਡਲ ਮਹਿੰਦਰਾ ਮਹਿੰਦਰਾ ਸਾਨੂੰ ਦੇ ਦਿਓ ਇਹਨਾਂ ਕਿਹੜੀ ਗੱਡੀ ਦਾ ਮਾਡਲ ਦੇਣ ਹੈ ਇਸ ਦੇ ਉੱਤੇ ਫਿਰ ਸਮਝੌਤਾ ਵੀ ਹੋ ਜਾਂਦਾ ਆਪਸ ਦੇ ਵਿੱਚ ਤੋ ਅਸੀਂ ਇਹ ਸਮਝਦੇ ਆਂ ਵੀ ਇਹ ਜਿਹੜਾ ਟ੍ਰੇਲਰ ਦੇ ਉੱਤੇ ਬਿਗਨਿੰਗ ਚ ਹੀ ਐ ਇਸ ਤੋਂ ਮੈਨੂੰ ਇਹ ਲੱਗਦਾ ਐ ਵੀ ਕਿਸੇ ਸਟੇਜ ਦੇ ਉੱਤੇ ਅਦਰਵਾਇਜ਼ ਇਹ ਉਹ ਜਈ ਹਕਾਮਤ ਕੋਈ ਨਹੀਂ ਕਰ ਸਕਦਾ ਕਿ ਪਹਿਲਾਂ ਅਸੀਂ ਜਦੋਂ ਦੇਖਦੇ ਆਂ ਕਿ ਵੀ ਐਨੀਮੇਸ਼ਨ ਦੇ ਮਾਮਲੇ 'ਚ ਵੀ ਇੱਕ ਡਿਬੇਟ ਸੀ ਕਿ ਜਦੋਂ ਚਾਰ ਸਾਬਜ਼ਾਦੇ ਆਈ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਐਨੀਮੇਟਿਡ ਫਿਲਮਾਂ ਵਿਸਮਾਦ ਮੋਹਾਲੀ ਦੇ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਸੁੰਦਰੀ ਜਾਇਕ ਤੋਂ ਕੋਈ ਹੋਰ ਬਣਾਈ ਹੈ ਲੇਕਿਨ ਉਹ ਉਹਦੀ ਐਕਸੈਪਟੈਂਸ ਇਸ ਲਈ ਵੀ ਕਿ ਬੱਚਿਆਂ ਦੇ ਐਂਗਲ ਤੋਂ ਬਹੁਤਿਆਂ ਨੂੰ ਲੱਗਾ ਕਿ ਜੀ ਚਲੋ ਔਰ ਫਿਰ ਜੇ ਮੈਂ ਗਲਤ ਨਾ ਹੁਆ ਕਿ ਇਹ ਫੈਸਲਾ ਸ਼ਾਇਦ ਜਥੇਦਾਰਾਂ ਦਾ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਹੈ ਪਰ ਮੈਨੂੰ ਐਗਜ਼ੈਕਟ ਮੈਂ ਵਿਵਿਡਲੀ ਰੀਕਾਲ ਨਹੀਂ ਕਰ ਸਕਦਾ ਕਿ ਜਿਹਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ 10 ਗੁਰੂ ਸਾਹਿਬਾਨ ਉਹਨਾਂ ਦੇ ਮਹਿਲ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਇਨਨੂ ਇਨ ਪਰਸਨ ਜਿਹੜਾ ਕਦੇ ਦਿਖਾਇਆ ਨਹੀਂ ਜਾ ਸਕਦਾ ਸੋ ਜ਼ਾਹਰ ਹੈ ਵੀ ਉਹਦੇ ਚੋਂ ਨਾ ਨੇ ਯੋਧਿਆਂ ਵਾਲੀ ਲਾਈਨ ਖੁੱਲੀ ਛੱਡ ਦਿੱਤੀ ਪਹਿਲੀ ਸਟੇਜ ਤਾਂ ਸ਼ੁਰੂਆਤ ਇੱਥੋਂ ਹੀ ਹੋਈ ਜੀ ਉਹਦਾ ਹੀ ਨਤੀਜਾ ਸੀ ਕਿ ਬੇਸ਼ੱਕ ਉਹ ਬਹੁਤ ਸੀਰੀਅਲ ਪਪੂਲਰ ਨਹੀਂ ਹੋਇਆ ਕਿਉਂਕਿ ਭਾਰਤੀ ਦੂਰਦਰਸ਼ਨ ਵੀ ਨਹੀਂ ਸੀ ਚਾਹੁੰਦਾ ਪਪੂਲਰ ਹੋਏ ਆਡ ਆਵਰਸ ਦੇ ਵਿੱਚ ਉਹਨੂੰ ਲਾਉਂਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਔਰ ਉਹਦੇ ਵੀ ਸ਼ਾਇਦ ਅਜੇ ਵੀ ਉਹਦੇ 40 50 ਸੀਰੀਅਲ ਬਣੇ ਸੀ ਔਰ ਭਾਰਤੀ ਦੂਰਦਰਸ਼ਨ ਨਹੀਂ ਉਹਦੇ ਰਾਈਟਸ ਰਾਈਟ ਜਿਹੜੇ ਨੇ ਬਾਇਕ ਕੀਤੇ ਸੀ ਸੋ ਉਸ ਫੈਸਲੇ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਵੀ ਬਣਾਉਣ ਦਾ ਜਿਹੜੀ ਆ ਦਿੱਲੀ ਕਮੇਟੀ ਨਹੀਂ ਉਹ ਇੱਕ ਪਾਸੇ ਕਮੇਟੀ ਨੇ ਲਾਲ ਕਿਲਾ ਮਾਰਚ ਦੇ ਨਾਂ ਥੱਲੇ ਉਹਨੂੰ ਨਾਮਧਾਰੀ ਜਿਹੜਾ ਆਪਣੇ ਆਪ ਨੂੰ ਗੁਰੂ ਬਣਿਆ ਉਹਨੂੰ ਸਤਿਗੁਰੂ ਬਣਾਇਆ ਤੇ ਕਿੱਥੇ ਉਹ ਗਿੱਦੜੇ ਜਿਹੜੇ ਭੰਗੜਾ ਗਿੱਧੇ ਵੀ ਪਾਉਣ ਨੂੰ ਤਿਆਰ ਸੀ ਉਹ ਤਾਂ ਇੱਕ ਰਾਗੀ ਸਿੰਘ ਪਾਈ ਬਲਦੇਵ ਸਿੰਘ ਜਿਹੜੇ ਅਣਖੀ ਨੇ ਮੈਂ ਸਮਝਦਾ ਹਾਂ ਕਿ ਜਦੋਂ ਸਵਰਨੇ ਕੋਟਣੇ ਦਾ ਭੋਗ ਪਹਿਣਾ ਸੀ ਉਹਨਾਂ ਨੇ ਕਿਹਾ ਸੀ ਉਹਨੂੰ ਹਰਮੰਦਰ ਸਾਹਿਬ ਦੇ ਕੀਰਤਨੀ ਨਾਲ ਕਿਹਾ ਜੀ ਮੈਂ ਨਹੀਂ ਜਾਣਾ ਹੈ ਉੱਥੇ ਤਾਂ ਮੁੰਡੇ ਮਾਰੇ ਹੋਏ ਨੇ ਜੀ ਔਰ ਇੱਥੇ ਵੀ ਉਹਨਾਂ ਨੇ ਉਸ ਤੋਂ ਪ੍ਰੀਵੀਅਸ ਦੀਵਾਨ ਦੇ ਵਿੱਚ ਇਸ ਗੱਲ ਨੂੰ ਉੱਥੇ ਐਕਸਪੋਜ਼ ਕੀਤਾ ਉਹਨਾਂ ਨੇ ਕਿ ਭਈ ਤੁਸੀਂ ਇਹ ਕਿਹੜਾ ਇਹ ਸਿੱਖ ਸੱਭਿਆਚਾਰ ਹੈ ਭੰਗੜੇ ਗਿੱਧੇ ਤੁਸੀਂ ਜਿਹੜੇ ਕਰਾਉਂਗੇ ਔਰ ਉਹ ਵਡਾੜੀ ਬ੍ਰਦਰਜ਼ ਉਹਨਾਂ ਨੂੰ ਸੱਦਾ ਹੋਇਆ ਸੀ ਕਿ ਭਈ ਹੁਣ ਸਿੱਖ ਸੂਫੀ 뮤직 ਦੇ ਨਾਲ ਕਰਿਆ ਕਰਨਗੇ ਆਪਣੇ ਦਿਨਾਂ ਦੀ ਜਿਹੜੀ ਹੈ ਸੈਲੀਬ੍ਰੇਸ਼ਨ ਕਿ ਭਈ ਠੀਕ ਹੈ ਉਹ ਤੁਸੀਂ ਕਿਤੇ ਉਹਨਾਂ ਤੋਂ ਕਰਵਾਉਂਦੇ ਹੋ ਤੁਸੀਂ ਧਰਮ ਦਾ ਸਿੱਖੀ ਦਾ ਰਵਾਇਤਾਂ ਦਾ ਸਰਦਾਰ ਬਘੇਲ ਸਿੰਘ ਸਾਹਿਬ ਜਸਾ ਸਿੰਘ ਆਲੂਆੜਿਆ ਸਾਹਿਬ ਜਸਾ ਸਿੰਘ ਰਾਮਗੜੀ ਹੈ ਇਤਿਹਾਸ ਦੀ ਗੱਲ ਕਰਦੇ ਹਾਂ ਸਾਡਾ ਵਿਰਸਾ ਢਾਡੀਵਾਰਾਂ ਨੇ ਸਾਡਾ ਵਿਰਸਾ ਤੁਸੀਂ ਕਵਿਸ਼ਰੀ ਚ ਲਿਆ ਸਕਦੇ ਹੋ ਵੀਰ ਰੱਸੀਵਾਰਾਂ ਨੇ ਗਤਕਾ মার্শাল ਆਰਟਸ ਹੈ ਔਰ ਪੋਇਟਰੀ ਹੈ ਪੋਇਟਰੀ ਨੂੰ ਦਸਵੇਂ ਪਾਤਸ਼ਾਹ ਨੇ ਵਧਾਇਆ ਕਵੀ ਦਰਬਾਰ ਜਿਹੜੇ ਨੇ ਇੱਕ ਰੈਗੂਲਰਟੀ ਹੁੰਦੀ ਸੀ ਗੁਰਪੁਰਬਾਂ ਦੀ ਉਹ ਸਭ ਉੜਾ ਦਿੱਤੇ ਹੁਣ ਇਹ ਸਾਰਾ ਇਹੀ ਤਬਕਾ ਲੈ ਆ ਕੇ ਬਿਠਾ ਦੇਣਾ ਕਿ ਵੀ ਜਦ ਤੁਸੀਂ ਸਾਰਿਆਂ ਦਾ ਹੀ ਉਹ ਬ੍ਰੇਨ ਵਾਸ਼ ਕਰ ਰਹੇ ਹੋ ਫਿਰ ਤੁਸੀਂ ਕਹੋਗੇ ਜੀ ਕੱਲ ਨੂੰ ਉਹੀ ਜਿਹੜੇ ਤੁਹਾਡੇ ਆ ਕੇ ਗਾਉਂਦੇ ਨੇ ਉਹ ਮੁੜ ਕੇ ਕੋਈ लाडी शाह ਦੇ ਮਜ਼ਾਰ ਤੇ ਗਾ ਰਿਹਾ ਕੋਈ ਬਾਂਦਰ ਸ਼ਾਹ ਦੇ ਮਜ਼ਾਰ ਤੇ ਗਾ ਰਹੇ ਉੱਥੇ ਜਾ ਕੇ ਬੈਠੇ ਹੋਣਗੇ ਸੁਣਨ ਦੇ ਲਈ ਜੀ ਸੋ ਉਹਦਾ ਨਤੀਜਾ ਸੀ ਕਿ ਉਹਨਾਂ ਨੇ ਉਹਨੂੰ ਰੋਕਿਆ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਅੱਜ ਡੀ ਜਨਰੇਸ਼ਨ ਹੈ ਧਾਰਮਿਕ ادارے ਕਿਸ ਲੈਵਲ ਤੱਕ ਚਲੇ ਗਏ ਆਪਣਾ ਕਿਰਦਾਰ ਕੀ ਹੈ ਹੁਣਾ ਪਟਨਾ ਸਾਹਿਬ ਦਾ ਇਕਬਾਲ ਸਿੰਘ ਹੁਣ ਇਹੀ ਨੇ ਨਾ ਫੈਸਲਾ ਕਰਨ ਵਾਲੇ ਜਿਨ੍ਹਾਂ ਨੇ ਕਲੀਅਰੈਂਸ ਪਹਿਲਾਂ ਦਿੱਤੀ ਹੋਏਗੀ ਜਾਂ ਹੁਣ ਮੋٹے ਪੈਸੇ ਲੈ ਕੇ ਦੇਣਗੇ ਜਾਂ ਹੁਣ ਹੱਥ ਧੋ ਲੈਣਗੇ ਨੇ ਜੀ ਸਾਨੂੰ ਤਾਂ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਿਖਾਣਾ ਹੁਣ ਤਾਂ ਸਾਹਮਣੇ ਆਇਆ ਜੀ ਕਿ ਫਲਾਣੇ ਬੰਦੇ ਖੰਨੇ ਨੇ ਕਿ ਕਹਿੰਦੇ ਰੋਲ ਕੀਤਾ ਜੀ ਬੇਸ਼ੱਕ ਉਹਨੂੰ ਮੈਂ ਦੇਖ ਰਿਹਾ ਸੀ ਕਿ ਵੀ ਉਹਨੇ ਇੱਕ ਵਰਡ ਸਿਲਕ ਕੋਟੇ ਯੂਜ਼ ਕੀਤਾ ਉਹਦੇ ਇੰਟਰਵਿਊ ਦੇ ਵਿੱਚ ਸ਼ਾਇਦ ਇੰਡੀਅਨ ਐਕਸਪ੍ਰੈਸ ਦਿੱਤਾ ਇੱਕ ਹੋਰ ਕਲਾਕਾਰ ਨੇ ਕਿ ਜੀ ਮੈਂ ਉਹਦੇ ਚ ਰਾਇ ਬੁਲਾੜ ਦਾ ਰੋਲ ਅਦਾ ਕੀਤਾ ਤੇ ਉਹਨੂੰ ਉਹਨਾਂ ਨੇ ਪੁੱਛਿਆ ਕਿ ਕੀ ਆ ਉਹਨੇ ਕਿਹਾ ਜੀ ਫਲਾਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਰੋਲ ਹੈ ਫਲਾਹ ਮੈਨੂੰ ਮੈਂ ਉਹਦਾ ਨੋਟ ਨਹੀਂ ਲਿਆ ਉਦੋਂ ਕਿ ਫਲਾਹ ਖੰਨੇ ਨੇ ਪਲੇ ਕੀਤਾ ਪਰ ਉਹਦਾ ਜਿਹੜਾ ਇੱਕ ਸਿਰਫ ਜਿਹਨੂੰ ছায়ਾ ਚਿੱਤਰ ਕਹਿੰਦੇ ਨੇ ਉਹੀ ਦਿਖਾਇਆ ਪਰ ਉਹ ਹੈ ਜਿਹੜਾ ਬੋਲ ਰਿਹਾ ਹੈ ਡਾਇਲੋਗ ਵੀ ਔਰ ਉਹਦਾ ਹੱਥ ਔਰ ਮੋਢਾ ਔਰ ਦੂਜਾ ਉਹਦੇ ਨਾਲ ਜਿਹੜਾ ਉਹ ਉਹਦਾ ਰੋਲ ਹੈ ਜੀ ਹੁਣ ਜ਼ਾਰ ਹੈ ਕਿ ਵੀ ਐਨੀਮੇਟਿਡ ਜਦੋਂ ਅਸੀਂ ਫਿਲਮਾਂ ਦੀ ਗੱਲ ਕਰਦੇ ਆ ਐਨੀਮੇਟਿਡ ਤਾਂ ਸਿਮੂਲੇਟਡ ਨੇ ਕੰਪਿਊਟਰ ਤੁਸੀਂ ਚਿੱਤਰ ਕ੍ਰੀਏਟ ਕਰਦੇ ਹੋ ਇਹਨਾਂ ਬੰਦਾ ਦਾ ਕੋਈ ਨਹੀਂ ਔਰ ਇਹ ਜੱਥੇਦਾਰਾਂ ਨੇ ਜੇ ਹੱਥ ਤੋੜਨੇ ਨੇ ਆਪਣੇ ਤੇ ਇਹ ਕਹਿਣਗੇ ਕਿ ਜੀ ਸਾਨੂੰ ਤਾਂ ਕਿਹਾ ਸੀ ਕੋਈ ਬੰਦਾ ਨਹੀਂ ਕਰੇਗਾ ਇਹ ਤਾਂ ਸਾਨੂੰ ਇਹ ਹੋਇਆ ਨਹੀਂ ਸੋ ਅਸੀਂ ਸਮਝਦੇ ਹਾਂ ਹੁਣ ਇਹਨਾਂ ਦੇ ਵਿੱਚ ਇਹੀ ਇਕਬਾਲ ਸਿੰਘ ਜੀ ਅੱਜ ਤੁਸੀਂ ਖਬਰਾਂ ਦੇਖਦੇ ਹੋ ਤੇ ਉਹਦੇ ਚ ਇਹ ਹੈ ਕਿ ਜੀ ਉਹਦੀ ਵਾਈਫ ਨੰਬਰ 2 ਨੇ ਉਹ ਇੱਕ ਪਟੀਸ਼ਨ ਕੀਤੀ ਜਿਹਦੇ ਤੇ ਉਹਦੇ ਖਿਲਾਫ ਚਾਰजेस ਫਾਈਲ ਹੋਏ ਨੇ ਕਿ ਕਿਵੇਂ ਉਹਦੇ ਹੁੰਦਿਆਂ ਉਹਨੇ ਹੋਰ ਵਿਆਹ ਕਰਾਇਆ ਉਹਦੀ ਮਾਰਕੁਟਾਈ ਕਰਦਾ ਸੀ ਉਹਦਾ ਕੀ ਕਰਦਾ ਸੀ ਪਹਿਲਾਂ ਵੀ YouTube ਤੇ ਉਹਦਾ ਸੀ ਪਰ ਹੁਣ ਥਰੂ ਅਦਾਲਤਾਂ ਦੇ ਜਾ ਰਹੇ ਔਰ ਮੱਕੜ ਨੇ ਇਹਦੇ باوجود ਕਿ ਪਿਛਲੇ ਇਕੱਠ ਵੇੜੇ ਉੱਥੇ ਉਹਨੇ ਗੜਬੜ ਵੀ ਕੀਤੀ ਉਹਨੂੰ ਰੀਇਨਸਟੇਟ ਕੀਤਾ ਕਿਉਂਕਿ ਮੱਕੜ ਨੂੰ ਵੋਟਾਂ ਉਹਨੇ ਪੁਆਈਆਂ ਨੇ ਉੱਥੇ ਜਿਹਦੇ ਕਰਕੇ ਹੁਣ ਮੱਕੜ ਪਟਾ ਸਾਹਿਬ ਕਮੇਟੀ ਦਾ ਪ੍ਰਧਾਨ ਬਣਿਆ ਜੀ ਸੋ ਜਦੋਂ ਅਸੀਂ ਧਾਰਮਿਕ ਲੈਵਲ ਦੇ ਉੱਤੇ ਦੇਖੋ ਸਿਆਸੀ ਤੌਰ ਤੇ ਤੁਸੀਂ ਇਹੀ ਸਵਾਲ ਬਾਦਲ ਨੂੰ ਪੁੱਛੋਗੇ ਉਹ ਵੈਸੇ ਹੀ ਵਾਸ਼ਿੰਗਹੈਂਡ ਸੇਂਗ ਹੈ ਜੀ ਮੈਂ ਤਾਂ ਬਹੁਤ ਡਰਦਾ ਹਾਂ ਜੀ ਜਥੇਦਾਰਾਂ ਤੋਂ ਇਹ ਧਾਰਮਿਕ ਹੈ ਜੀ ਮੈਂ ਧਰਮ ਦੇ ਕੰਮ 'ਚ ਦਖਲ ਅੰਦਾਜ਼ੀ ਨਹੀਂ ਕਰਦਾ ਹੁਣ ਇਹ ਇੱਕ ਐਸਾ ਨੈਕਸਸ ਬਣਿਆ ਹੋਇਆ ਹੈ ਕਿ ਸਿਆਸੀ ਤੌਰ ਤੇ ਉਹ ਲੁੱਟਣ ਤੇ ਲੱਗੇ ਹੋਏ ਨੇ ਧਾਰਮਿਕ ਤੌਰ ਤੇ ਅੱਜ ਕਿਸ ਲੈਵਲ ਤੇ ਉੱਤੇ ਜਾ ਕੇ ਮर्यादा ਦਾ ਇਸ਼ੂ ਹੋਏ ਸਾਡੀਆਂ ਬੇਸਿਕ ਹੁਣ ਜੇ ਅੱਜ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਜਿਹੜਾ ਉਹ ਖੋਲੋ ਕੇ ਮੋਦੀ ਨੂੰ ਸਰਉਪਾਉ ਦਿੰਦਾ ਤੁਸੀਂ ਕੀ ਕਹੋਗੇ ਕਿਵੇਂ ਇਹਨੂੰ ਹਿਸਟਰੀ ਤੁਸੀਂ ਜਸਟੀਫਾਈ ਕਰੋਗੇ ਲੇਕਨ ਹੁਣ ਵੱਡੇ ਸਾਹਿਬ ਨੇ ਜਿਹੜਾ ਆਰਡਰ ਆਇਆ ਉਦੋਂ ਮੋਦੇ ਉਹਦੇ ਅਡਵਾਨੀ ਵੇੜ ਇੱਕ ਸਿੱਖ ਗ੍ਰੰਥੀ ਨੇ ਆਪਣੀ ਅਣਖ ਦਿਖਾਈ ਪਰ ਕੌਣ ਜਾਣਦਾ ਹੈ ਕਿ ਵੀ ਇਹ ਇਹ ਸਾਰੇ ਜਿਹੜੇ ਨੇ ਕਿਸ ਲੈਵਲ ਤੇ ਨੇ ਸੋ ਅਸੀਂ ਸਮਝਦੇ ਹਾਂ ਵੀ ਸਾਡੀ ਇਸ ਬਾਰੇ رائے ਬੜੀ ਸਪਸ਼ਟ ਹੈ ਬੜੀ ਕਲੀਅਰ ਹੈ ਇਹ ਜੋ ਵੀ ਚੱਲ ਰਿਹਾ ਵਰਤਾਰਾ ਔਰ ਆਉਣ ਵਾਲੇ ਪੀਰੀਅਡਸ ਅਸੀਂ ਇਸ ਤੋਂ ਵੀ ਵਸਟ ਦੇਖਾਂਗੇ ਜਦੋਂ ਤੱਕ اور ਮੈਨੂੰ ਜਦੋਂ ਮੈਂ ਈਵਨ ਮੋਦੀ ਦੀ ਵਿਜ਼ਿਟ ਦੇ ਹਵਾਲੇ ਨਾਲ ਵੀ ਗੱਲ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਮੇਰੀ ਦੋ ਤਿੰਨ ਸੱਜਣਾ ਦੀ ਕਾਲ ਆਈ ਮੈਂ ਕਿਹਾ ਜੀ ਕੌਮ ਸੌਂ ਗਈ ਮਰ ਗਈ ਬਹਿ ਗਈ ਜ਼ਮੀਰ ਵਿਗ ਗਈ ਡਰ ਗਏ ਖਾਪ ਗਏ ਕੀ ਹੋ ਗਿਆ ਜੀ ਕਿ ਵੀ ਇਹ ਆਇਆ ਹੈ ਮੋਦੀ ਉੱਥੇ ਇੱਕ ਪਾਸੇੋਂ ਦੂਜੇ ਪਾਸੇ ਤੱਕ ਕਿਸੇ ਇੱਕ ਹੱਥ ਨੇ ਖੜੇ ਹੋ ਕੇ ਉਹਨੂੰ ਚੈਲੰਜ ਨਹੀਂ ਕੀਤਾ ਔਰ ਇਹ ਜੋ ਜਥੇਦਾਰ ਕਰ ਰਹੇ ਨੇ ਜੋ ਦੂਸਰਾ ਹੋ ਰਿਹਾ ਹੈ ਵੀ ਕੋਈ ਨਹੀਂ ਹੈ ਸੋ ਜਦੋਂ ਤੁਸੀਂ ਇਸ ਲੈਵਲ ਤੇ ਤੁਹਾਡਾ ਸੈਂਟਰ ਤੋੜ ਦਿੱਤਾ ਜਾਂਦਾ ਜਿੱਥੋਂ ਤੁਹਾਡਾ ਕੇਂਦਰ ਹੈ ਸਟਰੈਂਥ ਹੈ ਉਹ ਜਿਹੜੇ ਨੇ ਉਹ ਪੈਸੇ ਤੇ ਕਿਸ ਤਰੀਕੇ ਨਾਲ ਨਾਨਕਸ਼ਹੀ ਕੈਲੰਡਰ ਦਾ ਭੋਗ ਪਾਏ ਕਿਵੇਂ ਤੁਸੀਂ ਔਰ ਜਿਹੜੀ ਸ਼੍ਰੋਮਣੀ ਕਮੇਟੀ 9095 ਸਾਲ ਦੀ ਸਟੈਂਡਿੰਗ ਹੈ ਇਹ ਜਦੋਂ ਕੋਈ ਹੁੰਦਾ ਬੋਰੈਸੋ ਨੇ ਹਾਲ ਵਾਲਾ ਰੌਲਾ ਪਿਆ ਉਦੋਂ ਤੁਸੀਂ ਇਹਨਾਂ ਦੇ ਬਿਆਨ ਦੇਖ ਲਓ ਬਿਆਨ ਆਏਗਾ ਕਿ ਜੀ ਅਸੀਂ ਮੰਗ ਕੀਤੀ ਹੈ ਸੈਂਸਰ ਬੋਰਡ ਸਾਡਾ ਬੰਦਾ ਹੋਏ ਅਸੀਂ ਆਪਣਾ ਸੈਂਸਰ ਬੋਰਡ ਬਣਾਵਾਂਗੇ ਅਸੀਂ ਕਮੇਟੀ ਬਣਾਵਾਂਗੇ ਕਦੇ ਤੁਸੀਂ ਦੇਖਿਆ ਵੀ ਕੋਈ ਕਮੇਟੀ ਕੋਈ ਬਣੀ ਜੇ ਉਹਨਾਂ ਦੇ ਨਾਂ ਆ ਗਏ ਤਾਂ ਉਹਦਾ ਨਤੀਜਾ ਕੀ ਹੋਇਆ ਹੁਣ ਆ ਕੈਲੰਡਰ ਦੇ ਉੱਤੇ ਕਮੇਟੀ 18 ਮੈਂ ਪੁਰੇ ਵਾਰ ਤੋਂ ਮੈਂ ਕਹਿੰਦਾ ਮੈਨੂੰ ਤਾਂ ਅਜੇ ਤੱਕ ਇੰਟੀਮੇਸ਼ਨ ਵੀ ਨਹੀਂ ਇਦਾਂ ਹੀ ਕਮੇਟੀਆਂ ਮਾਰ ਜਾਂਦੀਆਂ ਨੇ ਉਹਨੂੰ ਰਾਗ ਸਿੰਘ ਜਿਹਨੇ ਪੂਰਾ ਜਿਹੜਾ ਉਹ ਝੂਠਾ ਐਫੀਡੇਵਿਟ ਦਿੱਤਾ ਸੀ ਹਾਈ ਕੋਰਟ ਉਹਦੇ ਲਈ ਕਮੇਟੀ ਬਣੀ ਸੀ ਜੀ ਉਹਦੀ ਕਦੇ ਰਿਪੋਰਟ ਨਹੀਂ ਆਈ ਫਿਰ ਅਸੀਂ ਦੇਖਦੇ ਹਾਂ ਕਿ ਆ ਹੁਣ ਵਾਈਸ ਚਾਂਸਲਰ ਜਸਪਾਲ ਸਿੰਘ ਔਰ ਪ੍ਰਤੀਪਾਲ ਸਿੰਘ ਕਪੂਰ ਬਲਵੰਤ ਸਿੰਘ ਢਲੋਂ ਦੀ ਕਮੇਟੀ ਬਣੀ ਕਿ ਜੀ ਇਹ ਰਿਪੋਰਟ ਦੇਣਗੇ ਕਿ ਜੀ ਅਖਾਲ ਤਖਤ ਦੇ ਔਰ ਦੂਜੇ ਤਖਤਾਂ ਦੇ ਜਥੇਦਾਰ ਕਿਵੇਂ ਬਣਾਏ ਜਾਣ ਕਿਵੇਂ ਲਾਏ ਜਾਣ ਉਹ ਵੀ ਉਹਦਾ ਵੀ ਕਦੇ ਉਸ ਤੋਂ ਬਾਅਦ ਉਹ ਖਬਰ ਹੀ ਕ ਲੱਗ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਦਾ ਡਿਊਟੀ ਔਰ ਫਰਜ਼ ਸੀ ਕਿ ਕੋਈ ਵੀ ਸਿੱਖ ਵਿਦਵਾਨ ਇੰਟੈਲੈਕਚੁਅਲ ਧਾਰਮਿਕ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਕੋਈ ਗਰੁੱਪ ਜਿਹਦੇ ਸਾਹਮਣੇ ਕੋਈ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਕਿਤਾਬਾਂ ਦਾ ਰੌਲਾ ਪੈਂਦਾ ਰਿਹਾ ਪਿਸ਼ੋਰੇ ਦੇ ਜ਼ਮਾਨੇ ਤੋਂ ਕਿ ਪਿਸ਼ੋਰਾ ਸਿੰਘ ਨੇ ਆ ਲਿਖਿਆ ਹੁਣ ਕਈ ਪਿਸ਼ੋਰੇ ਜੰਮੇ ਹੋਏ ਨੇ ਕੌਣ ਉਹਨਾਂ ਦਾ ਨੋਟਿਸ ਲੈਂਦਾ ਉਦੋਂ ਕਿਸੇ ਇੱਥੇ ਇੱਕ ਗਰੁੱਪ ਉਹਨਾਂ ਨੇ ਪਰਸਿਊ ਕੀਤਾ ਅਕਾਲ ਤਖਤੇ ਚਲਾ ਗਿਆ ਉਹ ਲੇਕਿਨ ਉਸਦੇ ਤੋਂ ਬਾਅਦ ਉਹਨੇ ਕੋ ਆਪਣਾ ਥੀਸਿਸ ਦਾ ਚੇਂਜ ਨਹੀਂ ਕੀਤਾ ਅੱਜ ਕਿੰਨੇ ਪਿਸ਼ੋਰੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਰਾਨ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਅਕੈਡੈਮਿਕ ਲੈਵਲ ਤੇ ਕਿਸ ਕਿਸਮ ਦਾ ਚੈਲੰਜ ਹੋਏਗਾ ਔਰ ਫਿਲਮ ਇੰਡਸਟਰੀ ਦੇ حوالے ਨਾਲ ਸੀ ਸਮਝਦੇ ਆਂ ਵੀ ਇਹਨਾਂ ਨੇ ਫਲੱਡ ਗੇਟ ਖੋਲ ਦਿੱਤੇ ਨੇ ਖੁਦ ਜੀ ਔਰ ਉਸ ਦਾ ਨਤੀਜਾ ਕਿ ਹੁਣ ਇਹ ছায়ਾਕਾਰ ਦੇ ਨਾਂ ਥੱਲੇ ਜਾਂ ਇੱਕ ਸ਼ੈਡੋਈ ਇਮੇਜ ਦੇ ਥੱਲੇ ਜਾਂ ਐਨੀਮੇਟਿਡ ਤੋਂ ਗੱਲ ਸ਼ੁਰੂ ਹੋਈ ਹੁਣ ਇਮੇਜ ਸ਼ੈਡੋ ਆ ਗਿਆ ਹੈ ਸ਼ੈਡੋ ਦੇ ਨਾਲ ਨੂੰ ਸਾਹਮਣੇ ਆ ਗਿਆ ਵੀ ਸ਼ੈਡੋ ਕੋਈ ਆਵਾਜ਼ ਤਾਂ ਨਹੀਂ ਲਟਕ ਰਹੀ ਇੱਕ ਬੰਦਾ ਹੈ ਜਿਹਨੇ ਉਹ ਐਕਟ ਕੀਤਾ ਔਰ ਅੱਗੋਂ ਉਹਦੇ ਚ ਹੋਰ ਕੀ ਆਏਗਾ ਕਿਸ ਕਿਸਮ ਦੇ ਜਿਹੜੇ ਨੇ ਕਿਰਦਾਰ ਕੈਰੈਕਟਰ ਮੈਸੇਜ ਇਹਨਾਂ ਸਾਰਿਆਂ ਜੋ ਨਿਕਲਣਗੇ ਜੀ ਉਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਜੇ ਚੰਗੀਆਂ ਫਿਲਮਾਂ ਸਾਹਮਣੇ ਆਈਆਂ ਕੋਈ ਸਾਡਾ ਹੱਕ ਆਈ ਜਾਂ ਕੌਮ ਦੇ ਹੀਰੇ ਤੋਂ پابੰਦੀ ਲੱਗ ਗਈ ਤੇ ਆ ਜਿਹੜਾ 1984 ਪੰਜਾਬ ਜਿਹਨੂੰ ਹੁਣ ਫਿਲਮ ਅਵਾਰਡ ਦਿੱਤਾ ਗਿਆ ਦੂਜੇ ਅਵਾਰਡ ਦਿੱਤੇ ਗਏ ਨੇ ਉਹ ਸੂਟ ਕਰਦਾ ਹੈ ਉਹਨਾਂ ਨੂੰ ਔਰ ਦੂਸਰੀਆਂ ਜਿਹੜੀਆਂ ਨੇ ਉਹਨਾਂ ਨੇ ਬਾਹਰ ਨਿਕਲਣ ਵੀ ਨਹੀਂ ਦੇਣੀਆਂ ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਬਾਰੇ ਜਿਹੜੀ ਹੈ ਹੋਰ ਜਾਣਕਾਰੀ ਜਿਉਂ-ਜਿਉਂ ਸਾਹਮਣੇ ਆਏਗੀ ਪਰ ਕਿਤੇ ਨਾ ਇਸ ਲੈਵਲ ਤੇ ਕੋਈ ਬੰਦਾ ਜੁਰਤ ਨਹੀਂ ਕਰ ਸਕਦਾ ਕਿ ਗੁਰੂ ਨਾਨਕ ਸਾਹਿਬ ਦੀ ਐਕਟਿੰਗ ਕਰਵਾਉਣ ਵਾਲਾ ਰੋਲ ਦਿਖਾ ਕੇ ਕੋਈ ਜਿਹੜਾ ਫਿਲਮ ਬਣਾਉਣ ਦੀ ਜ਼ਰਤ ਕਰੇ ਸੋ ਜ਼ਾਹਰ ਹੈ ਕਿ ਇਹ ਕਿਤੇ ਨਾ ਕਿਤੇ ਉਹ ਇਨੀਸ਼ੀਅਲ ਜਿਹੜਾ ਇਹ ਸੌਦੇਬਾਜ਼ੀ ਹੋਈ ਹੈ ਹੁਣ ਭਾਵੇਂ ਉਹ ਜਦੋਂ ਆਏਗੀ ਸੰਗਤਾਂ 'ਚ ਰੋਜ਼ ਆਗ ਰਿਹਾ ਉਹਦੇ ਕੀ ਨਤੀਜੇ ਹੋਣਗੇ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਸੋ ਇਹਨਾਂ ਦਾ ਜਿੰਨੇ ਵੀ ਵੀਰਾਂ ਪੈਣਾ ਨੇ ਇਸ ਦੇ ਉੱਤੇ ਲਿਖਿਆ ਉਹਨਾਂ ਦਾ ਧੰਨਵਾਦ ਜੀ ਡਾਕਟਰ ਸਾਹਿਬ ਸੁਨਾਲਾ ਨੇ ਬ੍ਰੇਕ ਈਵਰਸ ਤੁਸਾਨਾ ਇਸ ਤਰ੍ਹਾਂ ਜੁੜੇ ਰਹਿਦੇ ਹਾਂ ਛੋਟੇ ਵਕਫੇ ਤੋਂ ਬਾਅਦ